ਮੇਰਾ ਨਾਮ ਰੇਨੂ ਵਾਲਾ ਹੈ ਔਰ ਮੇਰਾ ਜਨਮ ਪਠਾਨਕੋਟ ਵਿੱਚ ਹੋਇਆ ਹੈ ਜੋ ਇੱਕ ਪੰਜਾਬ ਦਾ ਛੋਟਾ ਜਿਹਾ ਸ਼ਹਿਰ ਹੈ ਤੇ ਮੈਂ ਇੱਕ ਸਕਲਪਟਰ ਆਰਟਿਸਟ ਆ ਤੇ ਇਸ ਫੀਲਡ ਵਿੱਚ ਆਉਣ ਤੋਂ ਪਹਿਲੇ ਮੈਨੂੰ ਕਈ ਤਰੀਕੇ ਦੀਆਂ ਦਿੱਕਤਾਂਵਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜਿਸ ਫੀਲਡ ਵਿੱਚ ਮੈਂ ਆਨਾ ਹੀ ਸ਼ੁਰੂ ਵਿੱਚ ਮੈਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਬੇਸਿਕਲੀ ਇਹ ਫੀਲਡ ਹੈ ਕੀ ਇਹ ਔਰ ਨਾਲ ਪਠਾਨਕੋਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਜਾਗਰੂਕਤਾ ਵੀ ਨਹੀਂ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਇਹ ਕੰਮ ਕੀ ਹੁੰਦਾ ਇੱਥੇ ਸਿਰਫ ਪੇਂਟਿੰਗ ਨੂੰ ਹੀ ਜਾਣਿਆ ਜਾਂਦਾ ਸੀ ਤੇ ਫਿਰ ਆਫਟਰ ਮੇਰੀ ਸਕੂਲਿੰਗ ਤੋਂ ਮੈਂ ਗ੍ਰੈਜੂਏਸ਼ਨ ਡਿਗਰੀ ਜੁਆਇਨ ਕੀਤੀ ਇਸੇ ਫੀਲਡ ਵਿੱਚ ਜੰਮੂ ਵਿੱਚ ਜੋ 5 ਸਾਲ ਦੀ ਸੀ ਫਿਰ ਉਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਕੀਤੀ ਸੇਮ ਫੀਲਡ ਵਿੱਚ ਜੋ ਕਿ ਰਾਜਸਥਾਨ ਯੂਨੀਵਰਸਿਟੀ ਤੋਂ ਕੀਤੀ ਫਿਰ ਆਇਸਤਾ ਇਸ ਤਾਂ ਮੈਨੂੰ ਇਸ ਚੀਜ਼ ਦੇ ਬਾਰੇ ਪਤਾ ਚੱਲਿਆ ਤੇ ਜੋ ਚੀਜ਼ ਮੇਰੇ ਇੰਟਰਸਟ ਵਿੱਚ ਸੀ ਜਾਂ ਫਿਰ ਜੋ ਚੀਜ਼ ਨੂੰ ਮੈਂ ਕਰਨਾ ਚਾਹੁੰਦੀ ਸੀ ਉਸ ਰਸਤੇ ਦਾ ਮੈਨੂੰ ਪਤਾ ਲੱਗ ਗਿਆ ਸੀ ਮੰਜ਼ਿਲ ਵੇਸ਼ਕ ਥੋੜੀ ਸੀ ਦੂਰ ਥੀ ਦੂਰ ਹੀ ਮੇਰੇ ਕੋਲ ਪਰ ਰਸਤਾ ਮੈਨੂੰ ਸਮਝ ਆ ਗਿਆ ਸੀ ਕਿ ਮੈਂ ਚੱਲਣਾ ਕਿਵੇਂ ਹੈ फिर उस तो बाद मैं माध्यमों जान लिया आज मैं पत्थर लकड़ी मेटल और वे कई तरीके दी मूर्तियां ਦੇ ਵਿੱਚ ਕੰਮ ਕਰਨੀ ਹੈ अलग-अलग मीडियम ਨੂੰ ਲੈ ਕੇ ਜਿਸ ਲਈ ਇੱਥੇ ਲਾਕਡਾਊਨ ਹੋਇਆ ਉਸ ਸਮੇਂ ਐਜ਼ ਅ ਕਲਾਕਾਰ ਮੇਰੇ ਮਨ ਵਿੱਚ ਕਈ ਤਰੀਕੇ ਦੀਆਂ ਫੀਲਿੰਗ ਸੀ ਜੋ ਕਿ ਸਿਰਫ ਮੈਂ ਆਪਣੇ ਮਾਧਿਅਮ ਦੇ ذریعے ਆਪਣੇ ਸਕਲਪਚਰ ਤੇ ਪੇਂਟਿੰਗ ਦੇ ਰਾਹੀਂ ਹੀ ਕਰ ਸਕਦੀ ਸੀ ਲੌਕਡਾਊਨ ਦੇ ਟਾਈਮ ਦੇ ਵਿੱਚ ਇਹ ਜੋ ਮੈਂ ਸਕਲਪਚਰ ਬਣਾਇਆ ਹੈ ਇਹਦੇ ਵਿੱਚ ਮੈਂ ਇੱਕ ਉਸ ਆਜ਼ਾਦ ਇਨਸਾਨ ਨੂੰ ਦਿਖਾਇਆ ਹੈ ਜਿਹਦੇ ਪੈਰਾਂ ਵਿੱਚ ਬੰਦਿਸ਼ਾਂ ਪੈ ਗਈਆਂ ਤਾਲੇ ਲੱਗੇ ਲੌਕਡਾਊਨ ਦੇ ਪਰ ਉਹਨਾਂ ਦੇ ਮਨ ਵਿੱਚ ਉਹ ਡਿਜ਼ਾਇਰ ਤਾਂ ਵੀ ਮੁੱਕੀ ਨਹੀਂ ਸੀ ਅੱਗੇ ਵਧ ਕੇ ਕੰਮ ਕਰਨ ਦੀ ਉਸ ਤੋਂ ਬਾਅਦ ਸੇਮ ਹੀ ਮੈਂ ਵੈਗਰ ਦੀ ਸੀਰੀਜ਼ ਉੱਤੇ ਇੱਕ ਕੰਮ ਕੀਤਾ ਜਿਦੇ ਵਿੱਚ ਮੈਂ ਦਿਖ ਰਹੀ ਸੀ ਲਾਈਕ ਆਪਣੀ ਸੋਸਾਇਟੀ ਦੇ ਵਿੱਚ ਵੀ ਕਿ ਲਾਈਕ ਲੋਕ ਦਿੰਦੇ ਘਟ ਹੈ ਤੇ ਰੋਲਾ ਜਾਦਾ ਪਾ ਰਹੇ ਸੀ ਸੋਸ਼ਲ ਮੀਡੀਆ ਵਿੱਚ ਫੋਟੋ ਖਿਚਵਾ ਰਹੇ ਸੀ ਕਿਸੇ ਨੂੰ ਰਾਸ਼ਨ ਦਿੰਦੇ ਵੇ ਜਿਦੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਜਿੰਨੂੰ ਉਹ ਦੇ ਰਹੇ ਉਸ ਗਰੀਬ ਬੰਦੇ ਦਾ ਵੀ અપਮਾਨ ਹੋ ਰਿਹਾ ਹੈ ਫਿਰ ਮੈਂ ਆਪਣੀ ਇਸ ਕੰਪੋਜੀਸ਼ਨ ਦੇ ਜ਼ਰੀਏ ਉਸ ਬੰਦਿਆਂ ਨੂੰ ਦੱਸਣਾ ਚਾਹਿਆ ਉਸ ਪਰਸਨੈਲਿਟੀ ਨੂੰ ਸਾਹਮਣੇ ਲਿਆਇਆ ਜੋ ਹਾਈਡ ਵਿੱਚ ਰਹਿ ਕੇ ਦਾਨ ਪੁੰਨ ਕਰਦਾ ਹੈ ਔਰ ਇਹdੀਆਂ ਇਸ ਕਲਚਰ ਦੇ ਵਿੱਚ ਮੈਂ ਡੇਰ ਸਾਰੀਆਂ ਬਾਵਾਵਾਂ ਬਣਾਈਆਂ ਹੈ ਉਹਦਾ ਰੀਜ਼ਨ ਇਹੋ ਹੀ ਕਿ ਉਹ ਸਿਰਫ ਰਾਸ਼ਨ ਦੇ ਕੇ ਜਾਂ ਫਿਰ ਅਗਲੇ ਦੀ ਜ਼ਰੂਰਤ ਪੂਰੀ ਹੀ ਨਹੀਂ ਕਰ ਰਿਹਾ ਅਗਲਿਆਂ ਨੂੰ ਸਹੀ ਗਾਈਡ ਵੀ ਕਰ ਰਿਹਾ ਪਰ ਫਰੰਟ ਫੁੱਟ ਵਿੱਚ ਨਹੀਂ ਆ ਰਿਹਾ ਆਪਣਾ ਨਾਮ ਨਹੀਂ ਲਿਆ ਰਿਹਾ ਐਸੇ ਵੀ ਸਾਡੇ ਸਿਟੀ ਵਿੱਚ ਕੁਝ ਲੋਕ ਸੀ ਜਿਨੂੰ ਲੋਕ ਅੱਜ ਨਹੀਂ ਜਾਣਦੇ ਕਿਉਂਕਿ ਉਹਨਾਂ ਨੇ ਫ੍ਰੀ ਦੀ ਪਬਲਿਸਿਟੀ ਨਹੀਂ ਕੀਤੀ ਦਿਖਾਵਾ ਨਹੀਂ ਕੀਤਾ ਪਰ ਲੋਕਾਂ ਦੀ ਬਹੁਤ ਮਦਦ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਅੱਜਕੱਲ ਨੈਪੋਟイズਮ ਦਾ ਬਹੁਤ ਜ਼ਿਆਦਾ ਰੋਲਾ ਪਿਆ ਹੋਇਆ ਸੋਸ਼ਾਨ ਸਿੰਘ ਰਾਜਪੂਤ ਦੀ ਜੋ ਡੈਥ ਹੋ ਗਈ ਜੋ ਚੀਜ਼ ਸਾਡੇ ਸਾਹਮਣੇ ਆਈ ਕਿਤੇ ਨਾ ਕਿਤੇ ਇਹ ਚੀਜ਼ ਬਿਲਕੁਲ ਸਹੀ ਹੀ ਵੀ ਹੈ ਔਰ ਸਿਰਫ ਇਹ ਬਾਲੀਵੁੱਡ ਵਿੱਚ ਹੀ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਅ ਮੁਸ਼ਕਿਲਾਂ ਮਹਿਸੂਸ ਕਰਨੇ ਪਈਆਂ ਜੋ ਅਦਰ ਫੀਲਡ ਵਿੱਚੋਂ ਆਂਦੇ ਐ ਸੋਸ਼ਾਨ ਸਿੰਘ ਦਾ ਅਗਰ ਆਹੀ ਦਿਖਿਏ ਕਿ ਜੋ ਲੋਕ ਜਿੱਦਾਂ ਮੈਂ ਇਹ ਪੇਂਟਿੰਗ ਬਣਾਈ ਹੈ ਇਹਦੇ ਵਿੱਚ ਮੈਂ ਇੱਕ ਗੋਲਡਨ ਟੇਬਲ ਬਣਾਇਆ ਹੈ ਜਿਸ ਦੇ ਥੱਲੇ ਬਹੁਤ ਸਾਰੀਆਂ ਲੱਤਾਂ ਐ ਇਹ ਇਸ ਚੀਜ਼ ਨੂੰ ਡਿਪਿਕਟ ਕਰਦਾ ਹੈ ਕਿ ਜੋ ਸ਼ੈਲਟਰ ਚਾਈਲਡ ਹੈ ਜੋ ਇੱਕ ਅਚੀ ਫੀਲਡ ਤੋਂ ਇੱਕ ਅچھے ਨਾਮ ਤੋਂ ਆਂਦੇ ਹੈ ਉਹ ਬੱਚਿਆਂ ਦਾ ਸਟਰਗਲ ਬਹੁਤ ਘੱਟ ਹੁੰਦਾ ਹੈ ਕੰਪੇਅਰ ਟੂ ਸੁਸ਼ਾਂਤ ਵਰਗੇ ਬੰਦਿਆਂ ਲਈ ਕੰਪੇਅਰ ਟੂ ਸਾਡੇ ਵਰਗਿਆਂ ਲਈ ਜਾਂ ਫਿਰ ਕੰਪੇਅਰ ਉਹ ਜਿਹੜੇ ਅਦਰ ਫੀਲਡ ਵਿੱਚੋਂ ਆਂਦੇ ਹੈ ਜਾਂ ਜਿਨ੍ਹਾਂ ਦਾ ਬੈਕਗ੍ਰਾਉਂਡ ਉਸ ਫੀਲਡ ਵਿੱਚ ਨਹੀਂ ਹੈ ਇਸ ਪੇਂਟਿੰਗ ਵਿੱਚ ਜੋ ਮੈਂ ਛੋਟੇ ਛੋਟੇ ਫੋਰਟ ਕ੍ਰੀਏਟ ਕੀਤੇ ਹਨ ਮਹਿਲ ਕ੍ਰੀਏਟ ਕੀਤੇ ਹਨ ਦੂਰ ਉਹ ਉਹ ਪਰਸਨੈਲਿਟੀ ਹੈ ਜੋ ਸੁਸ਼ਾਂਤ ਵਰਗੀਆਂ ਜੋ ਟੈਲੈਂਟਡ ਤੋਂ ਬਹੁਤ ਹੈ ਪਰ ਉਹਨਾਂ ਦੀ ਬੈਕਗ੍ਰਾਉਂਡ ਹੋ ਨਹੀਂ ਹੈ ਬਟ ਫਰੰਟ ਫੁੱਟ ਉਤੇ ਉਹੀ ਲੋਕ ਆਉਂਦੇ ਹੈ ਜੋ ਸ਼ੈਲਟਰ ਚਾਈਲਡ ਹੈ ਇਹੀ ਨੇਪੋਟイズਮ ਨੂੰ ਲੈ ਕੇ ਮੈਂ ਇੱਕ ਸਕਲਪਚਰ ਵੀ ਰੈਡੀ ਕੀਤਾ ਹੈ ਜੋ ਕਿ ਬ੍ਰਾਸ ਔਰ ਵੁੱਡ ਵਿੱਚ ਹੈ ਉਹਦੇ ਵਿੱਚ ਵੀ ਸੇਮ ਚੀਜ਼ ਮੈਂ ਦੱਸੀ ਹੈ ਕਿ ਸ਼ੈਲਟਰ ਚਾਈਲਡ ਨੂੰ ਇਤਨਾ ਜ਼ਿਆਦਾ ਸਟਰਗਲ ਨਹੀਂ ਦਿਖਣਿਆ ਪੈਂਦਾ ਜਦਕਿ ਉਹ ਇੰਨੇ ਜ਼ਿਆਦਾ ਟੈਲੈਂਟਡ ਵੀ ਨਹੀਂ ਹੁੰਦੇ ਕੰਪੇਅਰ ਟੂ ਅਦਰ ਜਿਵੇਂ ਸੁਸ਼ਾਂਤੀਆਂ ਬਾਕੀ ਹੈ ਉਹਨਾਂ ਨੂੰ ਬਹੁਤ ਫਾਈਟ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਮੈਂ ਆਪਣੇ ਕੰਮ ਦੇ ਜ਼ਰੀਏ ਜੋ ਵੀ ਹੋਇਆ ਚਾਹੇ ਉਹ ਲਾਕਡਾਊਨ ਵਿੱਚ ਹੋਇਆ ਜਾਂ ਹੁਣ ਨੇਪੋਟイズਮ ਨੂੰ ਲੈ ਕੇ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਲਾਉਣਾ ਚਾਹਨੀ ਹੈ ਤੇ ਮੈਂ ਇਹ ਚਾਹਨੀ ਹੈ ਕਿ ਲੋਕ ਇਹਨਾਂ ਚੀਜ਼ਾਂ ਨੂੰ ਸਮਝੇ ਕਿਉਂਕਿ ਸਾਡਾ ਜਿਹੜਾ ਕੰਮ ਹੈ ਲੋਕੇ ਇਹਦੇ ਵਿੱਚ ਵੀ ਬਹੁਤ ਕਨਫਿਊਜ਼ਨ ਹੈ ਕਿਉਂਕਿ ਕੁਝ ਲੋਕਾਂ ਕੀ ਸਾਡੇ ਕੋਲ ਪੁੱਛਦੇ ਆ ਕਿ ਤੁਸੀਂ ਕੀ ਬਣਾਇਆ ਹੈ ਕਿਉਂਕਿ ਸਾਡੇ ਜਿਹੜੇ ਸਕਲਪਚਰ ਤੇ ਪੇਂਟਿੰਗ ਹੈ ਇਹ ਦੂਸਰੇ ਕੰਮਾਂ ਤੋਂ ਥੋੜੇ ਜਿਹਾ ਅਲੱਗ ਹੈ ਇਹਦੇ ਨਾਲ ਅਸਥੈਟਿਕ ਵੈਲਿਊ ਜੋੜਿਆ ਹੋਇਆ ਹੈ ਆਰਟ ਹਿਸਟਰੀ ਜੋੜਿਆ ਹੋਇਆ ਹੈ ਜਿਵੇਂ ਸਾਡੇ ਰਵਿੰਦਰਨਾਥ ਟੈਗੋਰ ਜੀ ਕੰਮ ਕਰਦੇ ਸੀ ਜਾਂ ਫਿਰ ਹੋਰ ਵੱਡੇ ਆਰਟਿਸਟ ਕੰਮ ਕਰਕੇ ਗਏ ਹੋਏ ਚਾਹੇ ਐਮ ਐਫ ਹੁਸੈਨ ਹੈ ਨੇਕਚੰਜੀ ਹੈ ਤਾਂ ਆਹੀ ਆਪਣੇ ਕੰਮ ਦੇ ਜ਼ਰੀਏ ਆਪਣੀ ਫੀਲਿੰਗਸ ਸੋਸਾਇਟੀ ਵਿੱਚ ਜੋ ਹੋ ਰਿਹਾ ਹੈ ਉਹਨਾਂ ਨੂੰ ਆਪਣੇ ਕੰਮ ਦੇ ਜ਼ਰੀਏ ਦੱਸਨੇ ਹੈ ਤਨਵਾਜੀ ਇੱਕ ਨਾ ਇੱਕ ਦਿਨ ਹਾਸਿਲ ਕਰ ਹੀ ਲਵਾਂਗੀ ਮੰਜ਼ਲ ਇੱਕ ਨਾ ਇੱਕ ਦਿਨ ਹਾਸਿਲ ਕਰ ਹੀ ਲਵਾਂਗੀ ਮੰਜ਼ਲ ਠੋਕਰਾਂ ਹੀ ਨੇ ਜ਼ਹਿਰਤਾ ਨਹੀਂ ਇਸੀ ਕਹਾਵਤ ਨੂੰ ਪੂਰਾ ਕੀਤਾ ਹੈ ਪਠਾਨਕੋਟ ਦੀ ਮਸ਼ਹੂਰ ਕਲਾਕਾਰਾ ਰੀਨੂ ਬਾਲਾ ਨੇ ਜਿਨ੍ਹਾਂ ਨੇ ਨਾ ਹੀ ਕੇਵਲ ਆਪਣੇ ਪਰਿਵਾਰ ਦਾ ਬਲਕਿ ਪਠਾਨਕੋਟ ਦਾ ਤੇ ਪੂਰੇ ਦੇਸ਼ ਦਾ ਨਾਮ ਪੂਰੇ ਵਿਸ਼ਵ ਵਿੱਚ ਮਸ਼ਹੂਰ ਕੀਤਾ ਹੈ ਆਈ ਅੱਜ ਮਿਲਦੇ ਹਾਂ ਇੱਕ ਕਲਾਕਾਰਾ ਨੂੰ ਜਿਨ੍ਹਾਂ ਨੇ ਛੋਟੀ ਜੀ ਹੀ ਉਮਰ ਵਿੱਚ ਆਪਣਾ ਨਾਮ ਇੱਕ ਮੁਕਾਮ ਤੇ ਕੰਮ ਕਾਇਮ ਕੀਤਾ ਹੈ ਵੈਲਕਮ ਮਿਸ ਰੇਨੂ ਬਾਲਾ ਜੀ ਮੈਂ ਤੁਹਾਡਾ ਕਿਆਰਟੀ نیوز ਵੱਲੋਂ ਸਵਾਗਤ ਕਰਦੀ ਹਾਂ ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਇਸ ਆਰਟ ਫਾਰਮਸ ਕਲਚਰ ਆਰਟ ਵਿੱਚ ਕਿਸ ਤਰ੍ਹਾਂ ਆਏ ਨਮਸਕਾਰ ਜੀ ਮੈਂ ਥੈਂਕ ਯੂ ਕਰਨੀ ਹੈ ਤੁਹਾਡਾ ਕਿ ਅੱਜ ਤੁਸੀਂ ਰੁਬਰੂ ਹੋਏ ਮੇਰੇ ਨਾਲ ਤੇ ਮੈਨੂੰ ਇੱਥੇ ਲੈ ਕੇ ਆਏ ਤਾਂ ਕਿ ਸਾਡੀ ਸਿਟੀ ਸਾਡੇ ਪਠਾਨਕੋਟ ਦੇ ਲੋਕ ਮੇਰੇ ਕੰਮ ਬਾਰੇ ਜਾਣ ਸਕਣ ਮੈਂ ਤੁਹਾਨੂੰ ਦੱਸਣੀ ਹੈ ਕਿ ਬੇਸਿਕਲੀ ਸਾਡਾ ਜਿਹੜਾ ਸਕਲਪਚਰ ਫੀਲਡ ਮੈਂ ਜੁਆਇਨ ਕੀਤਾ ਇਹਦੇ ਵਿੱਚ ਰੁਝਾਨ ਮੇਰਾ ਮੂਰਤੋ ਹੀ ਸ਼ੁਰੂ ਤੋਂ ਬਚਪਨ ਤੋਂ ਹੀ ਤੇ ਉਸਲੇ ਮੈਨੂੰ ਤੇ ਡੈਫੀਨੇਸ਼ਨ ਨਹੀਂ ਸੀ ਪਤਾ ਬਟ ਜਦੋਂ ਮੈਂ ਫੀਲਡ ਵੀ ਚਾਹੀਦੇ ਨੂੰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਐਵੇਂ ਦੇ ਵੀ ਕੋਈ ਚੀਜ਼ ਹੁੰਦੀ ਹੈ ਜਿਹਦੇ ਵਿੱਚ ਹੀ ਆਪਣਾ ਕੈਰੀਅਰ ਬਣਾ ਸਕਨੇ ਆ ਤੇ ਆਪਣਾ ਜੋ ਸਾਡਾ ਸ਼ੌਂਕ ਹੈ ਜਾਂ ਫਿਰ ਜਿਸ ਚੀਜ਼ ਦੀ ਸਾਨੂੰ ਸ਼ੁਰੂ ਤੋਂ ਹੀ ਇੱਕ ਜਜਭਾ ਰਹਿੰਦਾ ਕਿ ਇਹ ਸਟੈਂਡ ਹੋਣਾ ਹੈ ਉਹ ਵੀ ਇੱਕ ਫੀਲਡ ਹੈਗੀ ਹੈ ਅ ਨੈਕਸਟ ਕੁਐਸਚਨ ਮੇਰੇ ਰਹੇਗਾ ਕਿ ਤੁਸੀਂ ਕਿੰਨ ਕਿਹੜੀ ਕਿਹੜੀਆਂ ਪਰੇਸ਼ਾਨੀਆਂ ਵਿੱਚੋਂ ਇਹਨਾਂ ਵਿੱਚੋਂ ਨਿਕਲੇ ਹੋ ਕਿਉਂਕਿ ਇਹ ਇਹ ਆਰਟ ਪਠਾਨਕੋਟ ਵਿੱਚ ਤਾਂ ਦੇਖ ਨੂੰ ਨਹੀਂ ਮਿਲਦਾ ਤੇ ਮੈਂ ਜਸਟ ਵਾਂਟ ਟੂ ਨੋ ਕਿ ਤੁਹਾਨੂੰ ਕਿਹੜੀ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਫੇਸ ਕਰਨੀਆਂ ਪਈਆਂ ਜੀ ਬਿਲਕੁਲ ਤੁਸੀਂ ਇਹ ਚੀਜ਼ ਸਹੀ ਬੋਲ ਰਹੇ ਹੋ ਕਿਉਂਕਿ ਜਿਸ ਲਈ ਮੈਂ ਇਹਦੇ ਵਿੱਚ ਗਰੋਥ ਕਰਨਾ ਚਾਹੁੰਦੀ ਸੀ ਤੇ ਇੱਥੋਂ ਦੀ ਤਾਂ ਕੋਈ ਮੈਨੂੰ ਸਪੋਰਟ ਨਹੀਂ ਮਿਲਿਆ ਕਿਉਂਕਿ ਲੋਕ ਇਸ ਨੂੰ ਜਾਣਦੇ ਨਹੀਂ ਸੀ ਲੋਕੀ ਇੱਥੇ ਸਿਰਫ ਆਰਟ ਐਂਡ ਕraft ਦੀ ਡਿਫੀਨੇਸ਼ਨ ਨੂੰ ਹੀ ਜਾਣਦੇ ਸੀ ਜਾਂ ਫਿਰ ਹੌਬੀ ਕਲਾਸ ਵਾਸਤੇ ਹੀ ਇਸ ਚੀਜ਼ ਨੂੰ ਮੰਨਦੇ ਸੀ ਬਟ ਜਿਸ ਲਈ ਮੈਂ ਇੱਥੋਂ ਦੀ ਆਪਣਾ ਪਲੱਸ 2 ਕੰਪਲੀਟ ਕਰਕੇ ਬਾਹਰ ਗਈ ਐਜੂਕੇਸ਼ਨਲੀ ਸਕਲਪਚਰ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਕੀਤੀ ਫਿਰ ਜਾ ਕੇ ਲਾਈਕ ਉਸ ਤੋਂ ਬਾਅਦ ਰਿਸਰਚ ਫੈਲੋਸ਼ਿਪ ਮਿਲੀ ਥੈਨ ਮਿਨਿਸਟਰੀ ਨੇ ਮੈਨੂੰ ਪ੍ਰੋਮੋਟ ਕੀਤਾ ਤੋਂ ਉਸ ਤੋਂ ਬਾਅਦ ਜਿਸ ਲਈ ਇਹ ਚੀਜ਼ਾਂ ਦੇ ਵਿੱਚ ਮੈਂ ਸામਨੇ ਆਈ ਫਿਰ ਇੱਥੇ ਦੇ ਲੋਕਾਂ ਨੂੰ ਪਤਾ ਚੱਲੇ ਕਿ ਨਹੀਂ ਇਸ ਫੀਲਡ ਦੇ ਵਿੱਚ ਵੀ ਇੱਕ ਅੱਛਾ ਕੈਰੀਅਰ ਬਣ ਸਕਦਾ ਹੈ ਬਟ ਸ਼ੁਰੂ ਵਿੱਚ ਮੈਨੂੰ ਕਾਫੀ ਪ੍ਰੋਬਲਮਸ ਕ੍ਰੀਏਟ ਕਰਨੀ ਪਈ ਹੀ ਆਪਣੇ ਆਪ ਨੂੰ ਪ੍ਰੂਫ ਕਰਨ ਵਾਸਤੇ ਤੁਸੀਂ ਜਿਸ ਤਰ੍ਹਾਂ ਲੋਕ ਕੀ ਕਹਿੰਦੇ ਆ ਕਿ ਜਿਹੜਾ ਪੇਂਟ ਕਰਦਾ ਆ ਉਹ ਪੇਂਟਰ ਆ ਜੇ ਤੁਸੀਂ ਡਰਾਇੰਗ ਕਰਤੀ ਤਾਂ ਉਹ ਪੇਂਟਰ ਹੋ ਜਾਂਦਾ ਸੋ ਮੈਂ ਚਾਹਨੀ ਹੈ ਕਿ ਤੁਸੀਂ ਡਿਫਰੈਂਸ ਦੱਸੋ ਲੋਕਾਂ ਨੂੰ ਸੋ ਪਠਾਨਕੋੜ ਦੇ ਲੋਕ ਔਰ ਈਵਨ ਦੋ ਜਿਹੜੇ ਕੀਆਰਟੀ ਨਿਊਜ਼ ਵੇਖ ਰਹੇ ਨੇ ਉਹ ਡਿਫਰੈਂਸ ਉਹਨਾਂ ਨੂੰ ਪਤਾ ਹੋਵੇ ਇੱਕ ਪੇਂਟਰ ਵਿੱਚ ਔਰ ਇੱਕ ਆਰਟਿਸਟ ਵਿੱਚ ਜੀ ਬਿਲਕੁਲ ਬੇਸਿਕਲੀ ਸਾਡੀ ਜਿਹੜੀ ਫੀਲਡ ਹੈ ਇਹ ਵਿਜੂਅਲ ਆਰਟ ਦੀ ਹੈ ਜਿਹਦੇ ਵਿੱਚ ਆਈਡੀਆ ਵਰਕ ਕਰਦਾ ਹੈ ਇਸ ਸਮੇਂ ਕੰਟੈਂਪੋਰੀ ਫੀਲਡ ਵਿੱਚ ਅਗਰ ਦਿਖਿਆ ਜਾਏ ਸਾਡੇ ਕੋਲ ਬਥੇਰੇ ਉਦਾਹਰਣ ਹੈ ਆਹੀ ਵੈਸਟਰਨ ਵਿੱਚ ਪਿਕਾਸੋ ਲੈ ਸਕਦੇ ਆ ਲਿਨਾਡੋ ਦਾ ਵਿੰਚੀ ਲੈ ਸਕਦੇ ਆ ਮਾਈਕਲ ਐਂਜਲੋ ਲੈ ਸਕਦੇ ਆ ਅਗਰ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਜਾਣਦੇ ਨੇਕਚੰਦ ਸਭ ਤੋਂ ਵੱਡਾ ਉਦਾਹਰਣ ਹੈ ਉਹਨਾਂ ਵਾਸਤੇ ਜਿਨ੍ਹਾਂ ਨੇ ਪੂਰਾ ਚੰਡੀਗੜ੍ਹ ਨੂੰ ਰਚਿਆ ਸੀ ਉਸ ਤੋਂ ਬਾਅਦ ਅਗਰ ਆਹੀ ਰਵਿੰਦਰਨਾਥ ਟੈਗੋਰ ਦੀ ਗੱਲ ਕਰੀਏ ਕਿਉਂਕਿ ਜਿਹੜੇ ਵਾਲ ਪੇਂਟਰ ਆ ਜਿਹੜੇ ਪਠਾਨਕੋਟ ਵਿੱਚ ਜਿਹੜੇ ਲੋਕੀ ਮੋਸਤੀ ਪੇਂਟਰ ਕਹਿੰਦੇ ਨੇ ਇਹ ਉਹ ਹੈ ਜਿਹੜੇ ਕਮਰਸ਼ੀਅਲ ਕੰਮ ਕਰਦੇ ਲੈ ਕਿਸੇ ਦੇ ਆਰਡਰ ਵਾਸਤੇ ਕੰਮ ਕਰਦੇ ਮੈਂ ਇਹ ਨਹੀਂ ਕਹਿੰਦੀ ਉਹ ਆਰਟ ਮਾੜਾ ਹੈ ਜਾਂ ਫਿਰ ਉਹ ਛੋਟਾ ਹੈ ਹਰ ਕੰਮ ਆਪਣੇ ਵਿੱਚ ਵੱਡਾ ਹੁੰਦਾ ਹੈ ਪਰ ਹਰ ਚੀਜ਼ ਦੇ ਇੱਕ ਅਲੱਗ-ਲੱਗ ਡੈਫੀਨੇਸ਼ਨਸ ਹੁੰਦੀ ਹੈ ਸਾਡਾ ਜਿਹੜਾ ਕੰਮ ਹੈ ਸਾਡਾ ਹੁੰਦਾ ਕਿ ਆਹੀ ਆਪਣੇ ਆਰਟ ਐਂਡ ਕਲਚਰ ਹੈਰੀਟੇਜ ਨੂੰ ਪ੍ਰੋਮੋਟ ਕਰਨਾ ਹੁੰਦਾ ਹੈ ਕਿਉਂਕਿ ਆਹੀ ਵੀ ਅੱਜ ਪੜਦੇ ਆ ਰਹੇ ਜਿਵੇਂ ਇੰਡਸ ਵੈਲੀ ਸਭ ਨੇ ਪ ਲਿਏ ਚਾਹੇ ਜੁਨਾਨ ਜਾਂ ਕਿਹੇ ਵੀ ਤਰੀਕੇ ਦਾ ਪੁਰਾਣੀ ਆਹੀ ਸਭਿਤਾ ਲੈਣੇ ਆ ਮੂੜੋ ਤੋਂ ਹੀ ਮਤਲਬ ਪਹਿਲੇ ਸਾਡਾ ਸਕਲਪਚਰ ਜੋ ਸੀ ਉਹ ਆਰਕੀਟੈਕਚ ਦਾ ਫਾਰਮ ਹੀ ਆਹੀ ਅਜੰਤਾ ਲੋਰਾਲ ਲਈ ਕਿ ਲਾਸਟ ਟੈਂਪਲ ਲਈ ਸਾਡਾ ਜਿਹੜਾ ਕੰਮ ਹੈ ਉਸ ਕੈਟਾਗਰੀ ਦੇ ਵਿੱਚ ਆਉਂਦਾ ਹੈ ਤੇ ਜਿਹਦੇ ਵਿੱਚ ਡਿਜ਼ਾਈਨਿੰਗ ਮਸਟ ਹੁੰਦੀ ਹੈ ਜਿਹਦੇ ਵਿੱਚ ਕਨਸੈਪਟ ਮਸਟ ਹੁੰਦਾ ਹੈ ਤੇ ਉਹੀ ਚੀਜ਼ਾਂ ਹੁਣ ਸਮਕਾਲੀਨ ਵਿੱਚ ਬਹੁਤ سارے ਲੋਕ ਜਾਣ ਰਹੇ ਆ ਮੈਂ ਚਾਹਨੀ ਪਠਾਨਕੋਟ ਵੀ ਉਸ ਚੀਜ਼ ਨੂੰ ਜਾਣੇ ਤੁਸੀਂ ਜਿੱਦਾਂ ਕਿਹਾ ਕਿ ਆਰਟ ਹੁੰਦਾ ਆ ਤੁਸੀਂ ਬਣਾਉਂਦੇ ਹੋ ਭੜੀ ਸਾਰਾ ਦਿਮਾਗ ਲੱਗਦਾ ਹੈ ਕਿ ਆ ਤੁਸੀਂ ਇਹਦੇ ਰਿਗਾਰਡਿੰਗ ਇਹਦੇ ਰਿਲੇਟਡ ਐਗਜ਼ੀਬਿਸ਼ਨਸ ਵੀ ਲਾਈਆਂ ਹੋਈਆਂ ਨੇ ਜੀ ਬਿਲਕੁਲ ਮੈਂ 2005 ਤੋਂ ਹੀ ਸਟਾਰਟ ਕਰ ਦਿੱਤੀ ਹੀ ਐਗਜ਼ਿਬਿਸ਼ਨ ਕਰਨਾ ਹੁਣ ਇੰਡੀਆ ਹੀ ਨਹੀਂ ਅਬ੍ਰੋਡ ਵਿੱਚ ਵੀ ਕਾਫੀ ਜਗ੍ਹਾ ਮੇਰੇ ਸ਼ੋਅ ਚੱਲ ਰਿਹਾ ਰੀਸੈਂਟਲੀ ਇੱਕ ਕਲ ਇਨੋਗ੍ਰੇਟ ਹੋਇਆ ਮੇਰਾ ਸ਼ੋ ਜਿਹੜਾ ਬੰਬੇ ਵਿੱਚ ਚੱਲ ਰਿਹਾ ਤੇ 32 ਕੰਟਰੀਜ਼ 올ਓਵਰ ਵਰਲਡ ਦੀ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੀ ਐ ਤੇ ਇਸੇ ਤਰੀਕੇ ਮੇਰੀ ਐਗਜ਼ਿਬਿਸ਼ਨ ਰਨਿੰਗ ਚ ਰਹਿੰਦੀ ਐ ਇਵਨ ਲਾਕਡਾਊਨ ਚ ਵੀ ਮੇਰੇ 15 ਸ਼ੋ ਹੋਏ ਐ ਪਠਾਨਕੋਟ ਚ ਨਹੀਂ ਹੋਏ ਬਟ ਬਾਅਦ ਮੇਰੇ ਵਰਕ ਚੱਲ ਰਹੇ ਐ ਹੁਣ ਵੀ 2 3 4 ਕੈਂਪ ਮੇਰੇ ਮਤਲਬ ਮੇਰਾ ਪੂਰਾ ਇੱਕ ਸ਼ੈਡਿਊਲ ਡੇਟਸ ਫਿਕਸ ਰਹਿੰਦੀ ਐ ਤੁਸੀਂ ਕਿਵੇਂ ਮਤਲਬ ਇੱਕ ਹੁੰਦਾ ਹੈ ਕਿ ਆਰਟ ਐਂਡ ਕraft ਕਿ ਆਰਟ ਐਂਡ ਕraft ਔਰ ਸਕਲਪਚਰ ਜਿਹੜਾ ਹੈਗਾ ਆਰਟ ਹੈ ਉਹ ਵੀ ਸੇਮ ਸੇਮ ਹੁੰਦਾ ਹੈ ਜੀ ਨਹੀਂ ਇਹ ਬਿਲਕੁਲ ਵੀ ਸੇਮ ਨਹੀਂ ਹੁੰਦਾ ਆਰਟ ਐਂਡ ਕraft ਲਾਈਕ ਅਗਰ ਅਸੀਂ ਡੈਫੀਨੇਸ਼ਨ ਦੀਏ ਉਹ ਉਹ ਹੁੰਦਾ ਹੈ ਕਿ ਲਾਈਕ ਅਸੀਂ ਆਪਣੀ ਹੋਬੀ ਵਾਸਤੇ ਕਿਹੇ ਚੀਜ਼ ਨੂੰ ਬਣਾ ਰਹੇ ਹਾਂ ਕਿਹੇ ਚੀਜ਼ ਨੂੰ ਡੈਕੋਰ ਕਰ ਰਹੇ ਹਾਂ ਬਟ ਜਿਸ ਲਈ ਸਕਲਪਚਰ ਦੀ ਗੱਲ ਆਂਦੀ ਹੈ ਇੱਕ 3D ਫਾਰਮ ਹੈ ਨੂੰ ਅਸੀਂ ਇੱਕ ਤਪੱਸਿਆ ਲਿਖਾ ਕਹਿ ਸਕਨੇ ਕ ਮੰਨਨ ਕਹਿ ਸਕਨੇ ਹੈ ਜਾਂ ਫਿਰ ਇਹ ਕਹਿ ਸਕਨੇ ਕਿ ਇਹਦੇ ਵੀ ਚਾਹੀ ਆਪਣੇ ਇੱਕ ਇਤਿਹਾਸ ਨੂੰ ਦੁਹਾਰ ਰਹੇ ਹਾਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰ ਰਹੇ ਹਾਂ ਆਪਣੇ ਕੰਮ ਦੇ ਥਰੂ ਆਪਣੇ ਮੀਡੀਅਮ ਆਪਣੇ ਮਾਧਿਅਮ ਦੇ ਤੇ ਆਰਟ ਐਂਡ ਕਰਾਫਟ ਦੇ ਵਿੱਚ ਤੇ ਸਾਡੇ ਸਕਲਪਚਰ ਵਿੱਚ ਇਹ ਬਹੁਤ ਵੱਡਾ ਫਰਕ ਹੈ ਕਿ ਉਹ ਲੋਕ ਹੌਬੀ ਤੇ ਆਪਸ਼ਨ ਵਾਸਤੇ ਕਰਦੇ ਆ ਬਟ ਸਾਡਾ ਜਿਹੜਾ ਸਕਲਪਚਰ ਹੈ ਇਹ ਆਪਸ਼ਨ ਤੇ ਹੌਬੀ ਨਹੀਂ ਹੈ ਇੱਕ ਪ੍ਰੋਫੈਸ਼ਨਲ ਫੀਲਦ ਤੋਂ ਹੀ ਬੋਲ ਸਕਦੇ ਹੋ ਤੇ ਨਾਲ ਇੱਕ ਰੂਟਸ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਇਸ ਸਮੇਂ ਸਭ ਤੋਂ ਵੱਧ ਪੌਪੂਲਰ ਹੈ ਕਿਉਂਕਿ ਸਾਡੇ ਵਿਜੂਅਲ ਆਰਟ ਦੇ ਵਿੱਚ ਜਿੱਦਾਂ ਮੈਂ ਮਾਸਟਰ ਡਿਗਰੀ ਕੀਤੀ ਹੈ ਸਕਲਪਚਰ ਵਿੱਚ ਮੈਂ ਗੋਲਡ ਮੈਡਲਿਸਟਾਂ ਇਹਦੇ ਵਿੱਚ ਇੰਡੀਆ ਦੇ ਵਿੱਚ ਵੱਖ-ਵੱਖ ਕਈ ਜਗ੍ਹਾ ਤੋਂ ਮੈਨੂੰ ਸਨਮਾਨਿਤ ਕੀਤਾ ਗਿਆ ਈਵਨ 골ਡ ਮੈਡਲ ਮੈਨੂੰ Rajasthan ਦੇ ਸਿੱਖਿਆ ਮੰਤਰੀ ਨੇ ਦਿੱਤਾ ਹੈ ਔਰ ਮੈਨੂੰ ਸਟੇਟ ਅਵਾਰਡ ਵੀ 4 ਵਾਰ ਮਿਲੇ ਹੈ ਜੋ ਐਨ ਐਨ ਬੋਹਰਾ ਜੋ ਗਵਰਨਰ ਸੀ ਜੰਮੂ ਦੇ ਉਹਨਾਂ ਨੇ ਦਿੱਤਾ ਉਹਦੇ ਇਲਾਵਾ ਬਾਹਰ ਕਈ ਸਾਰੇ ਅਵਾਰਡਸ ਮੈਨੂੰ ਮਿਲੇ ਹੋਏ ਆਪਣੇ ਕੰਮ ਨੂੰ ਲੈ ਕੇ ਔਰ ਜਿਹੜਾ ਇੰਡੀਆ ਦੇ 5 ਯੰਗ ਐਕਟਿਵ ਆਰਟਿਸਟ ਹੈ ਉਹਨਾਂ ਵਿੱਚ ਮੇਰਾ ਨਾਮ ਆਂਦਾ ਹੈ ਮਿਨਿਸਟਰੀ ਆਫ ਕਲਚਰ ਨੇ ਮੈਨੂੰ ਜੂਨੀਅਰ ਫੈਲੋਸ਼ਿਪ ਦੇ ਨਾਲ ਨਵਾਜ਼ਿਆ ਹੈ ਰਿਸਰਚ ਵਾਸਤੇ ਤਾਂ ਕਿ ਮੈਂ ਆਪਣੇ ਇੰਡੀਆ ਦੇ ਆਰਟ ਐਂਡ ਕਲਚਰ ਨੂੰ ਪ੍ਰਮੋਟ ਕਰਾਂ ਤੇ ਆਪਣੇ ਸਕਲਪਚਰ ਦੇ ਕਨਸੈਪਟ ਨੂੰ ਸਾਹਮਣੇ ਲੈ ਕੇ ਆਵਾਂ ਮੈਂ ਮੈਮ ਇਹ ਜਾਨਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਤੁਸੀਂ ਤੁਹਾਨੂੰ ਇਸ ਆਰਟ ਵਿੱਚ ਆਉਣ ਲਈ ਕਿੰਨੀਆਂ ਕਿੜੀਆਂ ਪ੍ਰੋਬਲਮਸ ਟਾਲੇਟ ਕਰਨ ਪਏ ਕਿਉਂਕਿ ਕੀ ਹੁੰਦਾ ਕਿ ਕਹਿੰਦੇ ਨਾ ਮਿੱਟੀ ਵਿੱਚ ਮਿੱਟੀ ਬਣ ਕੇ ਕੰਮ ਕਰੀਦਾ ਤੇ ਕਈ ਵਾਰੀ ਕਿ ਹੁੰਦਾ ਕਿ ਰਿਲੇਸ਼ਨ ਜਿਹੜੇ ਰਿਲੇਟਿਵਸ ਹੁੰਦੇ ਆ ਜਿਹੜੇ ਪੈਰੈਂਟਸ ਹੁੰਦੇ ਆ ਕਈ ਵਾਰੀ ਸਪੋਰਟ ਨਹੀਂ ਕਰਦੇ ਉਸ ਚੀਜ਼ ਨੂੰ ਤੇ ਤੁਹਾਨੂੰ ਕਦੀ ਇਹ ਚੀਜ਼ ਫੇਸ ਕਰਨੀ ਪਈ ਆ ਮੈਂ ਤੇ ਇੱਕ ਚੀਜ਼ ਇਹ ਦੱਸਾਂਗੀ ਜਿਹੜੀ ਫੀਲਡ ਮੈਂ ਚੁਣੀ ਸੀ ਲੋਕੀ ਕੁੜੀਆਂ ਦੀ ਤਾਂ ਗੱਲ ਛੱਡੋ ਮੁੰਡਿਆਂ ਨੂੰ ਵੀ ਇਸ ਫੀਲਡ ਵਿੱਚ ਨਹੀਂ ਪਾਉਂਦੇ ਕੌਣ ਚਾਹੇਗਾ ਕਿ ਉਹਦਾ ਬੱਚਾ ਇੱਕ ਮੂਰਤੀਕਾਰ ਬਣੇ ਪਠਾਨਕੋਟ ਦੇ ਵਿੱਚ ਕਿਉਂਕਿ ਇੱਥੇ ਦੀ ਮੈਂ ਫਰਸਟ ਔਮਨ ਸਕਲਪਟਰ ਆ ਮਤਲਬ ਮੇਰੇ ਤੋਂ ਪਹਿਲੇ ਵੀ ਮੈਨੂੰ ਵੀ ਹੈਰਾਨਗੀ ਹੋਈ ਸੀ ਮੈਂ ਸੋਚਿਆ ਕਿਉਂਕਿ ਮੈਂ ਇੱਥੇ ਰਹਿੰਦੀ ਨਹੀਂ ਸੀ ਮੈਂ 1.5 ਸਾਲ ਪਹਿਲੇ ਇੱਥੇ ਆਈ ਆਪਣੀ ਐਜੂਕੇਸ਼ਨ ਔਰ ਆਪਣੇ ਪਾਰਟਿਸਪੇਸ਼ਨ ਜੋ ਵੀ ਸੀ ਦਿੱਲੀ ਹਜੇ ਵੀ ਮੇਰਾ ਗਵਰਨਮੈਂਟ ਦਾ ਸਟੂਡੀਓ ਹੈ ਮੈਨੂੰ ਇੱਥੇ ਦੀ ਪ੍ਰੈਜ਼ੈਂਟ ਜੋ ਸਥਿਤੀ ਹੈ ਉਹਦੇ ਬਾਰੇ ਕੁਝ ਪਤਾ ਨਹੀਂ ਸੀ ਮੈਂ ਸੋਚਿਆ ਮੇਰੇ ਪਿੱਛੇ ਕੀ ਪਤਾ ਪਠਾਨਗੋਟ ਚ ਹੋਰ ਵੀ ਆਰਟਿਸਟ ਨਿਕਲੇ ਹੋਣੇ ਹਨ ਬਟ ਜਿਸ ਲਈ ਮੈਂ ਇੱਥੇ ਮੁੜ ਕੇ ਆਈ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ ਸਕਲਪਚਰ ਵਿੱਚ ਦੋ ਤਿੰਨ ਲੜਕੀਆਂ ਨੇ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਗਿਵ ਅਪ ਕਰ ਦਿੱਤਾ ਕਿਉਂਕਿ ਇੱਕ ਟਾਈਮ ਟੇਕ ਦੀ ਕੋਈ ਕਮੀ ਨਹੀਂ ਰਹਿੰਦੀ ਕਿਉਂਕਿ ਤੁਹਾਨੂੰ ਹਰ ਚੀਜ਼ ਅਚੀਵਮੈਂਟਸ ਦੇ ਤੌਰ ਤੇ ਮਿਲ ਜਾਂਦੀ ਹੈ ਇਸ ਫੀਲਡ ਦੀ ਰੂਟਸ ਬਹੁਤ ਜ਼ਿਆਦਾ ਹੈ ਸ਼ੁਰੂ ਵਿੱਚ ਜਿਸ ਲਈ ਮੈਂ ਇਸ ਫੀਲਡ ਵਿੱਚ ਆਣਾ ਸੀ ਬਚਪਨ ਤੋਂ ਮੈਨੂੰ ਵੈਸੇ ਸ਼ੌਂਕ ਸੀ ਤੇ ਮੈਨੂੰ ਮੇਰੇ ਘਰ ਦੇ ਨੇ ਕਦੀ ਮਨਾ ਨਹੀਂ ਕੀਤਾ ਮੇਰੇ ਫਾਦਰ ਨੇ ਮੈਂ ਕਹਿੰਦੀ ਅੱਜ ਮੈਂ ਜੋ ਹੈਗੀ ਆਪਣੀ ਫੈਮਿਲੀ ਦੀ ਵਜ੍ਹਾ ਨਾਲ ਮੇਰੇ ਫੈਮਿਲੀ ਫੈਮਿਲੀ ਵਿੱਚ ਮੇਰੇ ਫਾਦਰ ਨੇ ਹਮੇਸ਼ਾ ਸਪੋਰਟ ਕੀਤੀ ਕਿ ਤੂੰ ਜੋ ਕਰਨਾ ਚਾਹਨੀ ਹੈ ਤੂੰ ਉਹ ਕਰ ਕਿਉਂਕਿ ਉਹ ਆਰਟਿਸਟਾਂ ਦੀ ਬਹੁਤ ਰਿਸਪੈਕਟ ਕਰਦੇ ਸੀ ਉਹ ਗ੍ਰੇਟ ਗ੍ਰੇਟ ਇਹਦੇ ਇਲਾਵਾ ਮੈਂ ਜਾਣਨਾ ਚਾਹੁੰਦੀ ਹਾਂ ਕਿ ਇਸ profession ਵਿੱਚ ਆਉਣ ਤੋਂ ਇਲਾਵਾ ਤੁਸੀਂ ਹੋਰ ਕਿਹੜ ਹੋ ਜੀ ਬਿਲਕੁਲ ਜਿੱਦਾਂ ਸਾਡਾ ਸਕਲਪਚਰ ਦਾ ਇੱਕ ਫੀਲਡ ਹੈ ਇਹਦੇ ਵਿੱਚ ਬਹੁਤ ਸਾਰੀ ਰੂਟਸ ਹੁੰਦੀ ਹੈ ਇਹਦੇ ਇਲਾਵਾ ਮੈਂ ਰੀਸਟੋਰੇਸ਼ਨ ਦਾ ਕੰਮ ਕਰਨੀ ਹੈ ਜੀ ਐਸਆਈ ਡਿਪਾਰਟਮੈਂਟ ਦੇ ਨਾਲ ਜੀਓਲੋਜੀ ਡਿਪਾਰਟਮੈਂਟ ਨਾਲ ਮਿਲ ਕੇ ਇੰਡੀਅਨ ਗਵਰਨਮੈਂਟ ਉਹਦੇ ਵਿੱਚ ਮੈਂ ਪੁਰਾਨੀਆਂ ਹੱਡੀਆਂ ਜਿਹੜੀਆਂ ਡਾਇਨਾਸੌਰਸ ਦੀਆਂ ਮਿਲਦੀਆਂ ਹੈ ਜਾਂ ਮੈਮੰਥ ਦੇ ਦੰਦ ਮਿਲਦੇ ਹੈ ਉਹਨਾਂ ਨੂੰ ਰੀਸਟੋਰ ਦਾ ਕੰਮ ਕਰਨੀ ਹੈ ਪੁਰਾਣੇ ਹੈਰੀਟੇਜ ਨੂੰ ਰੀਸਟੋਰ ਦਾ ਕੰਮ ਕਰਨੀ ਹੈ ਕਿਉਂਕਿ ਉਹ ਸਾਡੇ ਹੀ ਕੰਮ ਦਾ ਇੱਕ ਪਾਰਟ ਹੈ ਤੇ ਉਹਦੇ ਇਲਾਵਾ ਜਿੰਨੀ ਵੀ ਡਿਜ਼ਾਈਨਿੰਗ ਐਲੀਮੈਂਟ ਚਾਹੀਏ ਆਪਣੇ ਆਹੀ ਗੱਡੀਆਂ ਨੂੰ ਰੈਨੋਵੇਟ ਕਰਨੇ ਆ ਆਉਂਦਾ ਹੈ ਤੇ ਮੈਂ ਚਾਹਨੀ ਹੈ ਕਿ ਲੋਕ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋਣ ਕਿ ਆਰਟ ਐਂਡ ਕਰਾਫਟ ਤੇ ਮੇਰੀ ਵਾਲੀ ਫੀਲਡ ਵਿੱਚ ਇੱਕ ਵੱਡਾ ਫਰਕ ਕੀ ਹੈ ਫਰਕ ਇਹੋ ਹੀ ਹੈ ਕਿ ਕੈਰੀਅਰ ਆਪਸ਼ਨ ਮਲਟੀ ਹੈ ਇਹਦੇ ਵਿੱਚ ਇਹ ਨਹੀਂ ਕਿ ਤੁਸੀਂ ਇੱਕੋ ਚੀਜ਼ ਕਰ ਰਹੇ ਹੋ ਅੱਜ ਮੈਂ ਵੀ ਕੰਮ ਕਰ ਰਹੀ ਹਾਂ ਮੇਰੇ ਕੋਲ ਕੈਰੀਅਰ ਆਪਸ਼ਨ ਮਲਟੀ ਹੈ ਕਈ ਤਰ੍ਹਾਂ ਦੇ ਅਲੱਗ-ਅਲੱਗ ਫੀਲਡ ਦੇ ਲੋਕ ਮੇਰੇ ਨਾਲ ਕੰਮ ਵਾਸਤੇ ਜੁੜੇ ਹੋਏ ਹੈ ਮਿਊਜ਼ੀਅਮ ਸਾਡੇ ਨਾਲ ਜੁੜੇ ਹੋਇਆ ਹੈ ਹੈਰੀਟੇਜ ਸਾਡੇ ਨਾਲ ਜੁੜਿਆ ਹੋਇਆ ਹੈ ਕਲਚਰਲ ਸਾਡੇ ਨਾਲ ਜੁੜਿਆ ਹੋਇਆ ਮਿਨਿਸਟਰੀ ਸਾਡੇ ਨਾਲ ਜੁੜੀ ਹੋਈ ਹੈ ਤੁਸੀਂ ਇਸ profession ਨੂੰ ਫਿਊਚਰ ਵਿੱਚ ਕਿਸ ਤਹੱਦ ਤੱਕ ਦੇਖਣਾ ਚਾਹੁੰਦੇ ਹੋ ਕਿ ਕਿੰਝ ਹੱਦ ਤੱਕ ਇਹ ਫਿਊਚਰ ਜਿਹੜਾ ਆਰਟ ਹੈ ਐਕਸਪਲੋਰ ਹੋਵੇ ਜੀ ਬਿਲਕੁਲ ਜਿਸਲੇ ਮੈਂ ਇਸ ਫੀਲਡ ਵਿੱਚ ਪਈ ਸੀ ਜਿਸਲੇ ਮਾਸਟਰ ਡਿਗਰੀ ਮੈਂ ਕੀਤੀ ਹੀ ਉਹਦੇ ਨਾਲ ਹੀ ਮੈਂ ਆਪਣਾ ਨੈਟ ਜੀਆਰਐਫ ਕੱਢ ਲਿਆ ਸੀ ਤੇ ਉਸਲੇ ਬਹੁਤ ਛੋਟੀ ਜੀ ਛੋਟੀ ਜੀ ਚੀ ਜਿਸਲੇ ਮੈਨੂੰ ਯੂਨੀਵਰਸਿਟੀ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਗੌਰਮੈਂਟ ਦੀ ਜੌਬ ਲੱਗੀ ਸੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਉਹ ਜੌਬ ਕਦੀ ਨਹੀਂ ਛੱਡਦਾ ਇਹ ਤੁਹਾਨੂੰ ਵੀ ਪਤਾ ਹੈ ਕਿ ਅਸਿਸਟੈਂਟ ਪ੍ਰੋਫੈਸਰ ਲੱਗਣਾ ਲਾਈਕ ਉਹਨਾਂ ਦਾ ਪੇ ਸਕੇਲ ਸਮਥਿੰਗ ਜਿੰਨਾ ਉਸ ਸਮੇਂ ਹੈ ਹੀ then ਮੈਂ ਫਿਰ ਵੀ ਇਸ ਫੀਲਡ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦੀ ਸੀ ਮੈਂ ਇੱਕ ਇਤਿਹਾਸ ਬਣਾਉਣਾ ਚਾਹੁੰਦੀ ਹਾਂ ਕਿ ਮੇਰੇ ਮਗਰ ਮਤਲਬ ਮਰਨ ਤੋਂ ਪਿੱਛੇ ਮੇਰੇ ਕੰਮ ਮੈਨੂੰ ਜਿੰਦਾ ਰੱਖਣ ਕਿਉਂਕਿ ਅੱਜ ਆਹੀ ਇਤਿਹਾਸ ਪੜਨੇ ਆ ਤੇ ਉਹਨਾਂ ਵਿੱਚ ਵੀ ਆਹੀ ਗੰਦਾਰਾ ਦੇ ਸਕਲਪਚਰ ਜਾਂ ਫਿਰ ਸਾਡਾ ਜਿਹੜਾ ਨੈਸ਼ਨਲ ਸਿੰਬਲ ਬਣਿਆ ਹੋਇਆ ਲਾਇਨ ਕੈਪੀਟਲ ਉਹ ਵੀ ਮੋਰਿਅਨ ਪੀਰੀਅਡ ਚ ਬਣਿਆ ਹੋਇਆ ਹੈ then ਉਹ ਵੀ ਕਿਸੇ ਆਰਟਿਸਟ ਨੇ ਬਣਾਇਆ ਤੇ ਉਸੇ ਤਰੀਕੇ ਮੈਂ ਵੀ ਚਾਹੁੰਦੀ ਹਾਂ ਇਸੇ ਲਈ ਮੈਂ ਆਪਣੇ 2-3-4 ਜੌਬ ਛੱਡ ਦਿੱਤੇ ਜਿਹੜੇ ਗਵਰਨਮੈਂਟ ਤੇ ਸੈਂਟਰ ਦੇ ਜੌਬ ਮੈਨੂੰ ਮ ਉਤਨੇ ਜਿਹੜੇ ਫੀ ਨਹੀਂ ਨਿਕਲਿਆ ਤੇ ਉਸ ਆਪਸ਼ਨ ਚ ਉਹ ਚੀਜ਼ਾਂ ਮੈਨੂੰ ਮਿਲ ਜਾਂਦੀਆਂ ਸੀ ਬਟ ਮੈਂ ਆਪਣਾ ਨਾਮ ਜ ਬਣਾਉਣਾ ਚਾਹਦੀ ਇਸ ਫੀਲਡ ਵਿੱਚ ਮੈਂ ਉਹਨਾਂ ਸਾਰਿਆਂ ਨੂੰ ਛੱਡ ਕੇ ਐਜ਼ ਅ ਫ੍ਰੀਲਾਂਸਰ ਹੀ ਹੁਣ ਪਠਾਨਕੋਟ ਤੋਂ ਇਹ ਕੰਮ ਕਰ ਰਹੀ ਹਾਂ ਹਾਂ ਇੱਕ ਪਠਾਨਕੋਟ ਦਾ ਤੁਸੀਂ ਨਾਮ ਲਿਆ ਤੇ ਮੈਂ ਮੈਂ ਐਕਚੁਅਲੀ ਦੱਸਣਾ ਚਾਹੁੰਦੀ ਹਾਂ ਕਿ ਕੇਆਰਟੀ ਨਿਊਜ਼ ਉਹ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਤਾ ਚੱਲੇ ਕਿ ਤੁਸੀਂ ਪਠਾਨਕੋਟ ਕੰਮ ਕੀਤਾ ਕੀ ਹੈ ਪਠਾਨਕੋਟ ਵਿੱਚ ਰੀਸੈਂਟਲੀ ਇੱਥੇ ਲਾਕਡਾਊਨ ਤੋਂ ਬਾਅਦ ਮਤਲਬ ਕੋਰੋਨਾ ਜੋ ਇੱਕ ਇਸ਼ੂ ਬਣਿਆ ਸਾਰਿਆਂ ਵਾਸਤੇ ਤੋਂ ਮੈਂ ਸੋਚਿਆ ਸੀ ਕਿ ਐਜ਼ ਅ ਆਰਟਿਸਟ ਮੇਰਾ ਵੀ ਕੁਝ ਕੰਟਰੀਬਿਊਸ਼ਨ ਬੰਦਾ ਹੈ ਕਿ ਆਪਣੀ ਸੋਸਾਇਟੀ ਵਾਸਤੇ ਕਿ ਮੈਂ ਆਪਣੀ ਸੋਸਾਇਟੀ ਨੂੰ ਕਿੱਦਾਂ ਕੰਟਰੀਬਿਊਟ ਕਰਾਂ ਉਤੋਂ ਦੀ ਮੈਂ ਲੋਕਾਂ ਨੂੰ ਅਵੇਅਰ ਵੀ ਕਰਨਾ ਚਾਹੁੰਦੀ ਸੀ ਇਹ ਨਹੀਂ ਸੀ ਕਿ ਸਾਡੇ ਲੋਕ ਇੱਧਰ ਦੇ ਉਹਨਾਂ ਨੂੰ ਪਤਾ ਨਹੀਂ ਪਠਾਨਕੋਟ ਦੇ ਲੋਕ ਬਹੁਤ ਐਜੂਕੇਟਡ ਹੈ ਸਭ ਪਤਾ ਹੈ ਪਰ ਮਸਤੀ ਵਿੱਚ ਉਹ ਇੰਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਸੜਕਾਂ ਉੱਤੇ ਉਤਰ ਆਉਂਦੇ ਆ ਤੇ ਇਸ ਕਰਕੇ ਮੈਂ ਪਠਾਨਕੋਟ ਦੇ ਕੁਝ ਐਸੇ ਸਟਾਪ ਪਕੜੇ ਜਿੱਥੇ ਕਰਾਊਡ ਬੇਹਦ ਰਹਿੰਦਾ ਹੈ ਤੇ ਲੋਕ ਉੱਥੇ ਹੀ ਆਉਂਦੇ ਆ ਤੇ ਉੱਥੇ ਮੈਂ ਵੱਡੇ ਵੱਡੇ ਕਰੋਨਾ ਦੇ ਗ੍ਰਾਫਟੀ ਸਟ੍ਰੀਟ ਆਰਟ ਬਣਾਈ ਜੋ 35 30 ਫੀਟ ਦੇ ਅੱਜ ਫੋਰ ਸ਼ੋਰ ਹੈ ਅੱਜ ਸਾਰਿਆਂ ਨੂੰ ਪਤਾ ਚੱਲੇਗਾ ਇੱਕ ਕੁਐਸ਼ਨ ਤੇ ਬਿਲਕੁਲ ਸੋਲਵ ਹੋ ਜਾਏਗਾ ਲੋਕਾਂ ਦੇ ਦਿਮਾਗ ਵਿੱਚ ਕਿ ਉਹ ਪੇਂਟਿੰਗ ਜਿਹੜੀ ਵਿਗਦੇ ਸੀ ਚਰਾਹੇ ਵਿੱਚ ਉਹ ਬਣਾਈ ਕਿੰਨੇ ਆ ਬਿਲਕੁਲ ਤੇ ਅੱਜ ਲੋਕ ਫੋਰ ਸ਼ੋਰ ਇਹ ਵੀ ਜਾਣਣਗੇ ਕਿ ਰੇਨੂ ਸਿਰਫ ਰੇਨੂ ਨਹੀਂ ਹੈਗੀ ਆ ਇੱਕ ਆਰਟਿਸਟ ਹੈਗੀ ਆ ਜਿਹਨੂੰ ਹੋਣ ਤੋਂ ਲੋਕ ਆਰਟਿਸਟ ਰੇਨੂ ਜ਼ਰੂਰ ਬੁਲਾਣਗੇ ਮੈਂ ਲਾਸਟ ਕੁਐਸ਼ਨ ਨਹੀਂ ਪੁੱਛਣਾ ਚਾਹੂੰਗੀ ਤੁਹਾਡੇ ਕੋ ਕਿ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ ਇਸ ਫੀਲਡ ਵਿੱਚ ਆ ਕੇ ਜੀ ਮੈਨੂੰ ਹਮੇਸ਼ਾ ਹੀ ਇਸ ਫੀਲਡ ਵਿੱਚ ਆ ਕੇ ਇੱਕ ਪ੍ਰਾਊਡ ਫੀਲ ਹੋਇਆ ਹੈ ਉਹ ਇਸ ਕਰਕੇ ਕਿਉਂਕਿ ਇਹ ਜੋ ਕੰਮ ਹੈ ਉਹ ਹੈ ਜੋ ਮੈਂ ਕਰਨਾ ਚਾਹੁੰਦੀ ਸੀ ਤੇ ਜਿਸ ਲਈ ਆਹੀ ਆਪਣੀ ਮਰਜ਼ੀ ਦੀ ਕੋਈ ਚੀਜ਼ ਕਰਨੇ ਆ ਤੇ ਉਹਦੇ ਵਿੱਚ ਅਚੀਵਮੈਂਟ ਪਾਣੇ ਆ ਤੇ ਸਾਡੇ ਲਈ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੁੰਦੀ ਬਿਲਕੁਲ ਸਹੀ ਕੋਈ ਸੁਜੈਸ਼ਨ ਕੋਈ ਦੇਣਾ ਚਾਹੋਗੇ ਸਾਰੀ ਦੁਨੀਆ ਨੂੰ ਸਾਰੀ ਕਆਰਟੀ ਨਿਊਜ਼ ਦੇਖਣ ਵਾਲੇ ਕਆਰਟੀ ਦੇ ਥਰੂ ਮੈਂ ਕੇ ਮੈਸੇਜ ਦੇਣਾ ਚਾਹਾਂਗੀ ਫਿਲਹਾਲ ਪਠਾਨਕੋਟ ਵਾਸਤੇ ਕਿ ਮੈਂ ਹੁਣ ਇੱਥੇ ਸਟੂਡੀਓ ਬਣਾ ਕੇ ਕੰਮ ਕਰ ਰਹੀ ਹਾਂ ਮੈਂ ਚਾਹਨੀਏ ਜੋ ਚੀਜ਼ਾਂ ਮੈਂ ਫੇਸ ਕੀਤੀਆਂ ਆਂ ਹੀ ਆਪਣੇ ਟਾਈਮ ਦੇ ਵਿੱਚ ਉਹ ਜਾਂ ਜੋ ਕ੍ਰੀਏਟਿਵ ਲੋਗ ਹੈ ਜੋ ਇਸ ਫੀਲਡ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਹੈ ਉਹ ਅੱਗੇ ਫੇਸ ਨਾ ਕਰਨ ਕਿਉਂਕਿ ਉਹਨਾਂ ਵਾਸਤੇ ਮੈਂ ਇੱਥੇ ਹੈਗੀ ਹਾਂ ਉਹਨਾਂ ਨੂੰ ਕਿਹੇ ਵੀ ਚੀਜ਼ ਦੀ ਕਦੀ ਵੀ ਕੋਈ ਇਸ ਕੰਮ ਨੂੰ ਲੈ ਕੇ ਕੁਝ ਡਾਊਟਸ ਹੁੰਦੇ ਹੈ ਉਹ ਮੇਰੇ ਨਾਲ ਲਿੰਕ ਕਰਨ ਤੇ ਮੇਰੇ ਨਾਲ ਗੱਲ ਕਰਨ ਮੈਂ ਚਾਹੁੰਦੀ ਆ ਕਿ ਪਠਾਨਕੋਟ ਤੋਂ ਹੋਰ ਵੀ ਇੱਥੇ ਆਰਟਿਸਟ ਨਿਕਲਣ ਜੋ ਇੰਡੀਆ ਦਾ ਨਾਮ ਆਪਣੇ ਪਠਾਨਕੋਟ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼ਨ ਕਰਨ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅੱਜ ਸਾਰਿਆਂ ਨੂੰ ਪਤਾ ਚੱਲਿਆ ਕਿ ਆਖਿਰ ਰੀਨੂ ਇੱਕ ਆਰਟਿਸਟ ਆਖਿਰ ਹੈ ਕੀ ਇਸ ਤਰ੍ਹਾਂ ਹੀ ਤੁਹਾਨੂੰ ਰੂਬੂਰੂ ਕਰਵਾਂਦੇ ਰਵਾਂਗੇ ਹੋਰ ਕਲਾਕਾਰਾਂ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਕੇ ਆਟੀ ਨਿਊਜ਼